कर्मी कुछ ज्यादा नहीं लिखते हैं बाहर, तो मैं आपको कितने लिखना बात समझ में आज जुड़े हो सारे की कितने जी बाहर लिखना, मैं आपको थोड़ा बाहर लिखने दसी करा सारे दिन कुछ ज्यादा गर्मी चाहिए था सकला किस दिन जरा वीडियो ही ना होना है अच्छे कल सी खैर दी ना माशाल्लाह state. Ami, how did you make it? I thought I'd make it a good meal. Ami, what did you make it? I didn't make it. 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 जी मैं तो तेज़ से कड़ी रहता है दी लेकिन मैं तो खानी है रोटी हाँ तो सब फिर अच्छा सा खासा है टेक वे जी वो किरण रसना था
ਜੋ ਸ਼ਮੀ ਖਾਦੇ ਤਾਂ ਖਿਆ ਨਾ ਖਾਦੇ ਤਾਂ ਇਹ ਠੱਡੀ 'ਚ ਅਸੀਂ ਨਾ ਰੱਖਿਓ ਸਫਰੀ ਜੇ 'ਚ ਤਾਂ ਕੱਲ੍ਹ ਜੇ ਸਾਹ ਗਰਮੀ ਇਹਨਾਂ ਦਾ ਕੰਮ ਭਲੇ ਸੋ ਨਾ ਠੱਡੀ ਕਦੇ ਫਰੀ ਜਾ ਖਾ ਸੋ ਮਜ਼ਾ ਮਜ਼ਾ ਆਇਆ ਸੀ ਫਿਰ ਮਜ਼ਾ ਆਇਆ ਸੀ ਹਾਂ ਇਹ ਗਰਮੀ ਵਾਲੀ ਦਵਾਈ ਸਾਗੀਆਂ ਬਸ ਨੂੰ ਵਿਚੂ ਹਾਂ ਸਾਗੀ ਸਦਾ ਕੀ ਬਸ ਹਾਂ ਉਹਦੇ ਤਾਂ ਬਹੁਤ ਫਿਰ ਚੁੱਪਟੀ ਨਾਲ ਥੱਲੇ ਵੀ ਖੇਲ ਲਾਉਂਦੀ ਪਈ ਸਾਲੀ ਪਈ ਨਹੀਂ ਫਿਰ ਬਣਾਈ ਦੇ ਸਾਨੂੰ ਨਾ ਬਸ ਤਾਂ ਕਿਆ ਪਿਆ ਸਾ ਚਾਵਲ ਤਾਂ ਦੁੱਧ ਇਹਦਾ ਚਾਵਲ ਤਾਂ ਦੁੱਧ ਵਾਲਾ ਚਾਵਲ ਖੀਰ ਨਾਲ ਅੱਜ ਬਹੁਤ ਗਰਮੀ ਸੀ ਤਾਂ ਮੈਂ ਅੱਜ ਆਪੂ ਨਿਕਲਾ ਕਿਚਨੇ 'ਚੋਂ ਤਾਂ ਜੇ ਤਕਣੇ ਵਾਲੇ ਪੈਰਾਂ ਤਰ੍ਹਾਂ ਨਾ ਉਹਨਾਂ ਵੀ ਕਿਚਨੇ 'ਚੋਂ ਕੱਢਾਂ ਤੱਕ ਬਾਹਰ ਖੜਾ ਬਾਹਰ ਖੜਾ ਲਿਆ ਥੋੜ੍ਹੀ ਜਿਹੀ ਉਦੋਂ ਸ਼ਾਪਿੰਗ ਕਰਦੇ ਤਾਂ ਕੋਈ ਬਣਾਈ ਵੀਡੀਓ ਖਿੱਚ ਗਿਆ ਤਾਂ ਮੈਂ ਘਰ ਸੀ ਤਾਂ ਉੱਥੋਂ ਇੱਥੇ ਥੋੜ੍ਹੀ ਮੋਟਰ ਉੱਪਰ ਬਣਾਈ ਗਿਆ ਮੈਂ ਜਦੋਂ ਬਾਹਰ ਆਦਮ ਸਿੰਘ ਦੱਸੀ ਹੋਇਆ ਇੱਥੇ ਮੌਸਮ ਕਹਿੰਦਾ ਇੱਥੇ ਥੋੜ੍ਹੇ ਜਿਹੇ ਤਰੇ ਇੱਕ ਮਹੀਨੇ ਹੋਣਾ ਮੌਸਮ 'ਚ ਬਾਹਰ ਨਿਕਲੋ ਤਾਂ ਮੈਂ ਹਰ ਵੇਲੇ ਸਬਜ਼ੀ ਹਰ ਵੇਲੇ ਸਬਜ਼ੀ ਪੰਜਵੇਂ ਮਹੀਨੇ ਪਤਾ ਕੋਈ ਲਗਾ ਜੇ ਪੰਜਵਾਂ ਮਹੀਨਾ ਆ ਕੇ ਸਾ ਦੂਸਰਾ ਮਹੀਨਾ ਆ ਜ ਗਿਆ ਹੁਣ ਆ ਪਾਕਿਸਤਾਨ ਇਸ ਤਰ੍ਹਾਂ ਸਾ ਤੁਹਾਨੂੰ ਪਤਾ ਲਾਉਂਦਾ ਗਰਮੀ ਹੈ ਇੱਕਦਮ ਗਰਮੀ ਪੈ ਜੀ ਕਿਤੇ ਚੱਲੂ ਨਹੀਂ ਹੋਣੀ ਅੱਜ ਮਤਲਬ ਦਿਆਲ ਪੂਰੀ ਹੱਲੂ ਨਹੀਂ ਬਾਹਰ ਬਸ ਮਖੀਮ ਬਣ ਗਈ ਹਾਂ ਬਣ ਗਈ ਕਿਆ ਕਰ ਪਿਆ ਇਹਦੇ ਵਿੱਚ ਪਿਆ ਇਹ ਸਬਜ਼ੀ ਪਈ ਤਾਂ ਥੋੜ੍ਹਾ ਬੱਟਰ ਪਿਆ ਜੀ ਬਦਾਮ ਤਾਂ ਪਿਸਤਾ ਪਿਆ ਉਹ ਫਿਰ ਨਹੀਂ ਪਿਆ ਜੇ ਇਹ ਗਰਮੀ ਅੱਗੇ ਮੁਲਕੀ ਲੱਗਿਆ ਪਸੰਦ ਬਤਾਵਾਂ ਇਹਨਾਂ ਹੱਥ ਨਾਲ ਦੇਖਣਾ ਮੈਂ ਸਬਜ਼ੀ ਪੀ ਲਿਆ ਸਬਜ਼ੀ ਬਹੁਤ ਸਾਰੀ ਗਈ ਆ ਥੱਲੇ ਚੁੱਕ ਲਈ ਇੰਨਾ ਕਿ ਜੋ ਤਾਂ ਬਦਾਮ ਤਾਂ ਨਹੀਂ ਪਏ ਠੀਕ ਹੈ ਲੱਗਿਆ ਫਰਿਜਾ ਚੋ ਤਾਂ ਕੱਲ੍ਹ ਜੇ ਕਮਾਂ ਬਰੋ ਐਸਾ ਨਾ ਬੇ ਬੇ ਤੱਕ ਸਭ ਠੱਡੀ ਠਾਰ ਮਜ਼ਾ ਦੇਸੀ ਗਰਮੀ ਚ ਉਹ ਦੀ ਸਦੀ ਦਾ ਨਾ ਪਸਾਈ ਫਿਜੇ ਦੱਸਾਂ ਠੀਕ ਹੈ ਉਹੀ ਤਾਂ ਕਰਨੇ ਆ ਵੀਡੀਓ ਨਾਲ ਇਹਨਾਂ ਤਾਂ ਅੱਜ ਛੋਟ ਜਿਹੀ ਡਿਸ਼ ਬਣਾਈ ਅਸਾਂ ਗਰਮੀਆਂ ਦੀ ਗਰਮੀਆਂ ਦੀ ਕਿਸੇ ਨਾਲ ਖਾ ਲਵਾਂ ਤਾਂ ਸਾਰੀ ਤਰਫੋਂ ਅੱਲਾ ਹਾਫਿਜ਼ ਤਾਂ ਵੀਡੀਓ ਲਾਈਕ ਕਰਿਆ ਅਤੇ ਸ਼ੇਅਰ ਕਰਿਆ ਪਲੀਜ਼ ਖੁਦਾ ਹਾਫਿਜ਼